ਮੇਰਾ ਚੌਖਾ ਬੜਾ ਆਰਸਾ ਹੋ ਗਿਆ, 17 ਸਾਲ ਹੋ ਗਏ। ਮੇਰੀ ਪਤਰੀ ਉਦੋਂ ਪੈਦਾ ਹੋਈ ਸੀ, ਅੱਜ ਉਹ 17 ਸਾਲ ਦੀ ਹੈ। 17 ਸਾਲ ਹੋ ਗਏ ਤੁਹਾਨੂੰ ਗਿਆ ਨੂੰ? ਹਾਂ 17 ਸਾਲ, ਹਾਂ 17 ਸਾਲ ਹੋ ਗਏ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਘੁੰਮ ਗਏ ਕਰਾਂ ਦੇ ਬਾਰਨੀ। ਬਰਾਲਾ, ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ? ਤਹਿਸੀਲ ਕਰਾਣਾ, ਕਰਾਣਾ ਡਾਕਖਾਨਾ ਬੁਰਾ, ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਬੜੇ ਪਿੰਡ ਲਗਾਏ ਇਸਕੇ ਨਾਲ। ਕੋਈ ਨਾਮ ਚੇਤਾ? ਹਾਂ ਸਾਰੋ ਕੇ ਚੇਤਾ ਕਿ ਮੈਂ ਭੁੱਲ ਗਈ। ਬਜ਼ੁਰਗਾਂ ਨੇ ਕੀ ਸੋਚ ਕੇ ਰਿਸ਼ਤੇਦਾਰੀ ਕੀਤੀ ਹੁਣ ਤੇ, ਕਿਉਂਕਿ ਦੋ ਲਹਿਦਾ ਮੁਲਕ ਹੋ ਗਏ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਪਰੇਸ਼ਾਨੀਆਂ ਆਉਣਗੀਆਂ ਸਾਡੇ ਬੱਚਿਆਂ ਦੀ? ਮੇਰੀ ਮਾਂ ਦਾ ਇੱਕੋ ਇੱਕ ਭਰਾ ਸੀ। ਅੱਛਾ, ਹਾਂ। ਅਸੀਂ ਆਪਣੀ ਮਾਂ ਦੇ ਘਰ 5 ਧੀਆਂ ਸਨ ਤੇ ਮੇਰਾ ਪਿਓ ਨਹੀਂ ਸੀ ਸਾਕ ਦਿੰਦਾ, ਤੇ ਮੇਰੀ ਮਾਂ ਨੇ ਆਖਿਆ ਮੇਰਾ ਭਰਾ ਦੁਨੀਆ ਤੇ ਇੱਕੋ ਇੱਕ ਹੈ, ਮਰ ਵੀ ਤਾਂ ਜਾਂਦੀਆਂ ਨੇ। ਅੱਛਾ, ਤੇ ਇੱਕ ਧੀ ਦੇ ਛੱਡ10 ਸਾਲ ਪਿੱਛੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਸਲਾਮ ਅਲੈਕਮ ਮਾਂ ਜੀ। ਵਾਲੇਕਮ ਸਲਾਮ। ਹਾਂਜੀ ਮਾਂ ਜੀ, ਕੀ ਹਾਲ ਤੁਹਾਡਾ? ਠੀਕ ਠਾਕ ਹੋ? ਬਸ ਬੇਟੇ ਠੀਕ ਠਾਕ, ਤਾਂ ਕੋਈ ਨਹੀਂ, ਰੋਂਦੇ ਰੋਂਦੇ ਦਿਨ ਲੰਘਾਵਾ। ਪੁੱਛਦੇ ਤੁਹਾਨੂੰ ਪੂਰੀ ਗੱਲ ਕਿ ਕਿਉਂ ਤੁਸੀਂ ਰੋਂਦੇ ਹੋ? ਬਜ਼ੁਰਗ ਤੁਹਾਡਾ ਕੀ ਨਾਮ? ਤਾਲਬ ਹੁਸੈਨ। ਕੋਈ ਨਹੀਂ, ਹੌਸਲਾ ਕਰੋ, ਮਾਮੇ ਦੇ ਪੁੱਤਰ ਨੇ ਇਹ ਤੁਹਾਡੇ? ਅਸੀਂ ਮਾਮੇ ਫੁੱਫੀ ਦੇ ਹਾਂ। ਪੰਜਾਬ ਬਜ਼ੁਰਗ ਹੌਸਲਾ ਕਰੋ, ਹੁਣ ਤਾਂ ਨਾ ਉਰੇ ਕੋਈ ਸਾ ਦਿਖਾ, ਉਰੇ ਹੁਣ ਮਾਤਾ ਚੁੱਪ ਕਰ, ਸਬਰ। ਅੱਛਾ ਮਾਂ ਜੀ, ਇਹ ਦੱਸੋ, ਹਾਂਜੀ, ਤੁਹਾਡੀ ਉਮਰ ਕਿੰਨੀ ਹੋਣੀ ਹੈ ਇਸ ਟਾਈਮ? ਪੁੱਤਰ ਮੇਰੀ ਉਮਰ ਤੋਂ 65 ਸਾਲ, 60-62 ਸਾਲ। 62 ਸਾਲ, ਅੱਛਾ। ਤੁਹਾਡਾ ਪਿੰਡ ਇੰਡੀਆ ਦੇ ਵਿੱਚ ਸੀ ਕਿ ਇੱਥੇ ਸੀ? ਸਾਡਾ ਵਿੱਚ ਪਿੰਡ ਇੰਡੀਆ ਦੇ ਵਿੱਚ ਸੀ, ਯੂਪੀ ਵਿੱਚ। ਯੂਪੀ ਦੇ ਵਿੱਚ, ਜ਼ਿਲ੍ਹਾ ਸ਼ਾਮਲੀ। ਅੱਛਾ, ਹਾਂ। ਪਿੰਡ ਕਿਹੜਾ ਸੀ ਤੁਹਾਡਾ? ਬਰਾਲਾ। ਬਰਾਲਾ, ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ? ਤਹਿਸੀਲ ਕਰਾਣਾ, ਕਰਾਣਾ ਡਾਕਖਾਨਾ ਬੁਰਾ, ਬੁਰਾ, ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਬੜੇ ਪਿੰਡ ਲਗਾਏ ਇਸਕੇ ਨਾਲ। ਕੋਈ ਨਾਮ ਚੇਤਾ? ਹਾਂ ਸਾਰੋ ਕੇ ਚੇਤਾ ਕਿ ਮੈਂ ਭੁੱਲ ਗਈ। ਗੋਗਮਾ, ਬੂਰਾ, ਕੰਡੇਲਾ, ਯਾਰੀ ਪੌਂਟੀ, ਇਸਕੇ ਨਾਲ ਬੜੇ ਪਿੰਡ ਲਗਾ ਮਾਰੇ, ਪਿੰਡ ਕੇ ਨਾਲ ਬਹੁਤ ਪਿੰਡ ਲਗਾ। ਅੱਛਾ, ਬਜ਼ੁਰਗ ਤੁਹਾਡੇ ਬਜ਼ੁਰਗ ਵੀ ਇੰਡੀਆ ਤੋਂ ਆਏ ਸੀ? ਹਾਂ, ਜਦੋਂ 47 ਦੀ ਵੰਡ ਹੋਈ। ਹਾਂ, ਇਹਨਾਂ ਦਾ ਕਿਹੜਾ ਪਿੰਡ ਸੀ ਮਾਂ ਜੀ? ਇਹਨਾਂ ਦਾ ਪਿੰਡ ਰਸਲਾਪੁਰ। ਰਸਲਾਪੁਰ, ਰਸਲਾਪੁਰ ਨੇੜੇ ਸੀ ਤੁਹਾਡੇ ਪਿੰਡ ਤੋਂ? ਨਹੀਂ, ਦੂਰ ਦੂਰ ਫਾਸਲਾ, ਦਰਿਆ ਜਮਨਾ ਤੋਂ ਪਾਰ। ਅੱਛਾ, ਜਮਨਾ ਤੋਂ ਪਾਰ ਤੇ ਆਮ ਜਮਨਾ ਤੋਂ ਇੱਧਰ ਸੀ। ਅੱਛਾ ਅੱਛਾ ਅੱਛਾ, ਜਮਨਾ ਤੋਂ ਪਾਰ ਤੇ। ਇਹ ਤੁਹਾਡੇ ਮਾਮੇ ਦੇ ਬੇਟੇ ਨੇ? ਮਾਮੇ ਦੇ ਬੇਟੇ, ਮਾਮੇ ਫੁੱਫੀ ਦੇ ਆਂ ਸੀ। ਅੱਛਾ, ਤੇ ਇਹ ਦੱਸੋ ਤੁਹਾਡੀ ਮਾਸ਼ਾਅੱਲਾ ਉਮਰ ਤੇ ਤੁਹਾਡੀ 62 ਸਾਲ ਹੈ। ਹਾਂ ਵਿੱਚ। ਤੇ ਤੁਸੀਂ ਇੰਡੀਆ ਦੇ ਹੋ, ਤੁਹਾਡੇ ਬਜ਼ੁਰਗ ਨਹੀਂ ਸੀ ਆਏ ਇੱਥੇ ਜਦੋਂ ਉਜਾੜੇ ਪਏ ਨੇ? ਸਾਡੇ ਬਜ਼ੁਰਗ, ਮੇਰੇ ਮਾਪਿਓ ਨਹੀਂ ਇੱਥੇ ਆਏ। ਪੰਜਾਬ ਦਾ? ਇਹਦੇ ਮਾਪਿਓ ਆਏ ਸਨ, ਸਾਡੇ ਨਹੀਂ ਸਨ ਆਏ। ਤੁਹਾਡੇ ਕਿਉਂ ਨਹੀਂ ਸੀ ਆਏ? ਕਿਉਂ, ਸਾਨੂੰ ਕਾਦੀ ਸੀ, ਸਾਡੇ ਵਿੱਚ ਲੜਾਈ ਨਹੀਂ ਸੀ ਨਾ ਕੋਈ ਝਗੜਾ ਸੀ। ਅੱਛਾ, ਉਸ ਇਲਾਕੇ ਨੂੰ ਨਹੀਂ ਠਾਇਆ? ਨਾ ਨਾ ਨਾ, ਅਸੀਂ ਤਾਂ ਜਿਵੇਂ ਬੈਠੇ ਤੇ ਉਵੇਂ ਬੈਠੇ। ਤੁਹਾਡਾ ਜਿਹੜਾ ਪਿੰਡ ਸੀ ਉੱਥੇ ਸਾਰੇ ਮੁਸਲਮਾਨ ਸੀ ਕਿ ਸਿੱਖ? ਨਹੀਂ, ਰਲਵਾ ਮਿਲਵਾ। ਅੱਛਾ, ਰਲੇ ਮਿਲੇ ਥੇ ਸਾਰੇ। ਅੱਛਾ, ਰਲ ਮੇ ਮਿਲਵੇ ਬੈਠੇ। ਹਾਂ, ਹਿੰਦੂ ਬਾਹਮਣ ਵੀ ਥੇ, ਬਣੀਏ ਵੀ ਥੇ, ਤੇ ਬਾਈ ਤੇਰਾ ਅੱਲਾ ਬਲਾ ਕਰਾ, ਝੂੜੇ ਵੀ ਥੇ, ਚਮਾਰ ਵੀ ਥੇ, ਸਾਰੇ ਥੇ ਮਾਰੇ ਗਾਂਵ। ਅੱਛਾ ਅੱਛਾ ਅੱਛਾ, ਹਾਂ ਸਾਰੇ ਥੇ। ਪਿੰਡ ਤੁਹਾਡਾ ਬਹੁਤ ਵੱਡਾ ਸੀ? ਬਰਾਲਾ, ਬਹੁਤ ਅਨਾਮੀ ਬਰਾਲਾ ਥਾ। ਅੱਛਾ, ਹਾਂ, ਸਹੀ ਹੋ ਗਿਆ। ਉੱਥੇ ਦਾ ਨੰਬਰਦਾਰ ਵੀ ਕਿਹੜਾ ਸੀ, ਨਾਮ ਪਤਾ ਉਹਦਾ? ਆਹੋ, ਕੀ ਨਾਮ ਸੀ? ਪਹਿਲੋ ਨੰਬਰਦਾਰ ਅਲਾਦੀਨ ਥਾ, ਹਾਂਜੀ, ਫਿਰ ਜੂਰਾ ਹੋ ਗਿਆ। ਹਾਲ ਕੀ ਗੜੀ ਕਹਿੰਦੀ ਮੈਨੂੰ ਬਾਈਓ ਪਤਾ ਪੁੱਛਿਆ ਵੀ ਲੰਬਰਦਾਰ ਕੌਣ ਹੈ, ਮੇਰੇ ਬਾਈਓ ਗੱਲ ਮੇਰੀ ਗੱਲ ਹੁੰਦੀ ਰਹੀ। ਹਾਂ, ਅੱਛਾ, ਤੁਹਾਡੇ ਭਰਾਵਾਂ ਦਾ ਕੀ ਨਾਂ ਸੀ? ਮੇਰੇ ਭਰਾ ਨੇ 5
ਕੀ ਨਾਂ ਸੀ ਉਹਨਾਂ? ਇੱਕ ਦਾ ਜਮੀਲ, ਇੱਕ ਦਾ ਸ਼ਾਦੀਨ, ਇੱਕ ਦਾ ਗਯੂਰ, ਇੱਕ ਦਾ ਨਵਾਬ, ਇੱਕ ਦਾ ਤਾਸੀਨ। ਤੇ ਤੁਹਾਡੇ ਵਾਲਦ ਸਾਹਿਬ ਦਾ? ਰਹਿਮਤੁੱਲਾ। ਰਹਿਮਤੁੱਲਾ, ਹਾਂ। ਕਿਹੜੀ ਪ੍ਰਾਦੇਸ਼ੀ ਸੀ ਤੁਹਾਡੀ? ਗੁੱਜਰ। ਗੁੱਜਰ, ਹਾਂ। ਸਹੀ ਹੋ ਗਿਆ। ਮਾਂ ਜੀ, ਇਹ ਦੱਸੋ ਤੁਹਾਡੀ ਸ਼ਾਦੀ ਕਿਹੜੇ ਸੰਨ 'ਚ ਹੋਈ ਇਹਨਾਂ ਬਜ਼ੁਰਗਾਂ ਨਾਲ? ਉਹ ਮੇਰੀ ਸ਼ਾਦੀ ਦਾ ਕਾਰਡ ਮੇਰੇ ਪਾ, ਮੇਰਾ ਖਿਆਲ ਹੈ ਕਾਗਜ਼ ਦਰਿਆ ਦਾ। ਤੁਹਾਡੇ ਦੂਸਰਾ ਬਾਕੀ ਉੱਥੇ ਤੁਹਾਡਾ ਖਾਨਦਾਨ ਰਹਿ ਗਿਆ, ਤੁਸੀਂ ਤੁਹਾਡੇ ਬਜ਼ੁਰਗਾਂ ਨੇ ਕੀ ਸੋਚ ਕੇ ਰਿਸ਼ਤੇਦਾਰੀ ਕੀਤੀ ਹੁਣ ਤੇ, ਕਿਉਂਕਿ ਦੋ ਲਹਿ ਦਾ ਮੁਲਕ ਹੋ ਗਿਆ ਸੀ, ਉਹਨਾਂ ਨੂੰ ਨਹੀਂ ਪਤਾ ਕਿ ਪਰੇਸ਼ਾਨੀਆਂ ਆਉਣਗੀਆਂ ਸਾਡੇ ਬੱਚਿਆਂ ਦੀ? ਮੇਰੀ ਮਾਂ ਦਾ ਇੱਕੋ ਇੱਕ ਭਰਾ ਸੀ। ਅੱਛਾ, ਹਾਂ। ਅਸੀਂ ਆਪਣੀ ਮਾਂ ਦੇ ਘਰ ਪੰਜ ਧੀਆਂ ਸਨ ਤੇ ਮੇਰਾ ਪਿਓ ਨਹੀਂ ਸੀ ਸਾਕ ਦਿੰਦਾ, ਤੇ ਮੇਰੀ ਮਾਂ ਨੇ ਆਖਿਆ ਮੇਰਾ ਭਰਾ ਦੁਨੀਆ ਤੇ ਇੱਕੋ ਇੱਕ ਮਰ ਵੀ ਤਾਂ ਜਾਂਦੀਆਂ ਹੀ ਨੇ। ਅੱਛਾ, ਤੇ ਇੱਕ ਧੀ ਦੇ ਛੱਡ ਬੜੇ ਰੱਚਾਂ ਨਾਲ ਹੋਇਆ ਸੀ। ਇੱਕ ਮੈਂ ਸਾਂ, 6 ਜੰਗ ਵਿੱਚ ਆਈ ਸੀ, 6 ਉੱਥੇ ਆਈਆਂ ਸਨ ਮਿਠਕੁੰਬਰੀ। ਅਸੀਂ ਇਕੱਲੀ ਤਾਂ ਨਹੀਂ, ਅੱਗੇ ਮੇਰੀ ਫੁੱਫੀ ਸੀ ਇੱਥੇ। ਅੱਛਾ, ਹਾਂ। ਸ਼ੇਰਦੀਨ ਦੀ ਮਾਂ ਨਹੀਂ ਬੱਪੂ, ਭਾਬੀ ਫੁੱਫੀ ਸੀ। ਉਹ ਕੂੜੇ ਦੀ ਮਾਂ ਸੁਨੇਰੀ, ਭਾਬੀ ਫੁੱਫੀ ਸੀ। ਬੜੀਆਂ ਆਈਆਂ ਸਨ ਸਾਡੇ ਪਿੰਡ ਦੀਆਂ। ਉੱਥੋਂ ਇੱਥੇ ਸ਼ਾਦੀ ਹੋਈਆਂ ਸੀ ਉਹਨਾਂ ਦੀ? ਹਾਂ, ਮੇਰੀਆਂ ਫੁੱਫੀਆਂ ਇੱਥੇ 5-6 ਸਨ ਬਲਾਦਰੀ ਦੇ ਵਿੱਚੋਂ। ਅੱਛਾ, ਹਾਂ। ਤੇ ਜਦੋਂ ਤੁਹਾਡੀ ਸ਼ਾਦੀ ਹੋਈ, ਹਾਂ, ਕਿਵੇਂ ਤੁਹਾਡਾ ਨਿਕਾਹ ਹੋਇਆ ਤੇ ਜੰਝ ਬਰਾਤ ਕਿੱਦਾਂ ਗਈ ਉੱਥੇ? ਕੋਈ ਜੰਝ ਨਾ ਬਰਾਤ, 3 ਮਹੀਨੇ ਰਹੇ ਸਨ। ਕਿੱਥੇ? ਮੇਰਾ ਮਾਮਾ ਇੰਡੀਆ ਵਿੱਚ 3 ਮਹੀਨੇ ਰਿਹਾ ਹੈ, ਉੱਥੇ ਹੀ ਕਾਗਜ਼ ਬਣਵਾਏ ਨੇ ਐਮਰਜੈਂਸੀ ਕੇ। ਅੱਛਾ, ਐਮਰਜੈਂਸੀ ਕਾ ਇੱਡਾ ਬੜਾ ਕਾਗਜ਼ ਹੈ ਬਈ, ਆਉਣ ਕਾ ਕੋਈ ਪ੍ਰੋਬਲਮ ਨਹੀਂ ਹੋਈ। ਜਿਹੜੇ ਮਾੜੀ ਆਈ ਸੀ ਮੇਰੀ ਭਾਣ, ਚਾਚਾ ਦੀ ਬੁੱਢੀ, ਉਸਕੇ ਪਿੱਛੇ ਮੈਂ ਉੱਜੜ ਗਏ, ਉਸਕਾ ਹੁਣ ਤਾਂ ਕਾਗਜ਼ ਨਹੀਂ ਬਣਵਾ ਤਾ, ਉਹ ਇੱਡਾ ਚਲਾਕ ਨਹੀਂ ਥਾ। ਅੱਛਾ, ਤੇ ਉਹ ਇਸ ਤਰ੍ਹਾਂ ਲਿਆ ਥਾ, ਈ ਬੈਨ ਕੇ ਉਸਕਾ ਕੈਸਾ ਲੋਇਆ ਪਾਸਪੋਰਟ, ਬੋਈ ਵੀ ਵਿਚਾਰਾਂ ਨੇ ਵੇਚ ਲਈ ਆਪਣੀ। ਮੇਰਾ ਤਾਂ ਸਹੁਰਾ ਵਹੀਂ ਕਰਵਾ ਲਿਆ ਥਾ। ਅੱਛਾ, ਤੁਹਾਡੇ ਸਸੁਰਾਲ ਨੇ ਉੱਥੇ ਕਰਵਾ ਲਿਆ? ਹਾਂ, ਮੇਰਾ ਮਾਮਾ ਪੜਿਆ ਲਿਖਿਆ ਥਾ, ਉਹੀ ਕਰਵਾ ਲਿਆ ਥਾ। ਅੱਛਾ, ਜ਼ਿਲ੍ਹਾ ਸਾਰਾ ਉੱਥੇ ਕੰਮ ਕਰਿਆ। ਅੱਛਾ, ਨਿਕਾਹ ਤੁਹਾਡਾ ਫਿਰ ਇੱਥੇ ਆ ਕੇ ਹੋਇਆ? ਨਹੀਂ, ਉੱਥੇ ਹੀ। ਉੱਥੇ ਤੁਸੀਂ ਵੀ ਨਾਲ ਗਏ ਸੀ ਉਦੋਂ ਆਪਣੇ ਬਜ਼ੁਰਗਾਂ ਦੇ? ਕਤਰ ਦੇ ਵਿੱਚ? ਹਾਂ, ਕਤਰ ਤੋਂ ਪਹਿਲੇ ਗੱਲ ਹੈ। ਕਤਰ ਤੋਂ ਪਹਿਲੇ? ਹਾਂ, ਕਤਰ ਤੋਂ ਆਏ ਨਾ। ਅੱਛਾ, ਕਤਰ ਸੇ ਆਏ ਸੀ? ਹਾਂਜੀ। ਅੱਛਾ, ਉੱਥੇ ਜਦੋਂ ਤੁਸੀਂ ਗਏ ਹੋ, ਪਹਿਲੇ ਆਪਣੇ ਪਿੰਡ ਗਏ ਹੋ ਜਿੱਥੇ ਤੁਹਾਡੇ ਬਜ਼ੁਰਗ ਜਿੱਥੋਂ ਆਏ ਸੀ, ਕਿ ਇਹਨਾਂ ਦੇ ਪਿੰਡ ਗਏ ਸੀ? ਇਹਨਾਂ ਉੱਥੇ ਕੀ ਲੈਣ ਜਾਣਾ ਸੀ? ਸਾਡੇ ਪਿੰਡ ਹੀ ਗਏ ਨੇ, ਆਪਣੇ ਪਿੰਡ ਕੀ ਲੈਣ ਜਾਣਾ ਸੀ? ਅੱਛਾ, ਆਪਣੇ ਪਿੰਡ ਤੋਂ ਜਾੜੇ ਪੈ ਗਏ ਨਹੀਂ ਹੈ ਇਸ ਟਾਈਮ ਉਹਨਾਂ ਦਾ ਸਾਰਾ ਆ ਗਿਆ ਸੀ ਮੁਸਲਮਾਨ? ਨਹੀਂ, ਮੁਸਲਮਾਨ ਇੱਥੋਂ ਦੇ ਉੱਥੇ ਵੱਸਦੇ ਨੇ ਪਏ, ਇੱਧਰੋਂ ਗਏ ਜਿਹੜੇ ਸਿੱਖ ਗਏ ਨੇ। ਨਹੀਂ, ਮੁਸਲਮਾਨ ਵੀ ਆ, ਸਿੱਖ ਵੀ ਆ, ਬਸ ਆ। ਅੱਛਾ, ਸਨ ਇਹਨਾਂ ਦੇ। ਅੱਛਾ ਮਾਂ ਜੀ, ਫਿਰ ਤੁਹਾਡੇ ਪਿੰਡ ਆਏ? ਹਾਂ। ਤੇ ਤੁਸੀਂ ਮੰਨ ਗਏ ਸੀ ਸ਼ਾਦੀ ਨੂੰ, ਕਿ ਮੇਰੇ ਤੁਹਾਡੀ ਮਾਂ ਨੇ ਪੁੱਛਿਆ ਹੋਣਾ ਤੁਹਾਡੇ ਕੋਲ? ਕੋਈ ਰਿਵਾਜ ਨਹੀਂ ਸੀ ਉਦੋਂ, ਕੋਈ ਰਿਵਾਜ ਨਹੀਂ। ਮਾਂ ਪਿਓ ਜਿੱਦਾਂ ਮਰਜ਼ੀ ਦੇ ਛੇੜ, ਸਾਡੇ ਵਿੱਚ ਹੁਣ ਵੀ ਨਹੀਂ ਰਿਵਾਜ ਹੈ ਚੱਡੀ ਕੂ ਪਵੇ ਨਾ। ਮੇਰੀ ਮਾਂ ਦਾ ਇੱਕੋ ਇੱਕ ਭਰਾ ਸੀ ਤੇ ਉਸ ਦੇ ਲਈ ਸੀ। ਮੇਰੀ ਮਾਂ ਦਿੱਤਿਆਂ ਵਗੈਰ ਦਿਆਂ ਤੇ ਪਿੱਛੇ ਵੀ 2-3 ਵਾਰੀ ਆਈ ਇੱਥੇ। ਮਾਂ ਜੀ ਹਾਏ ਨੇ ਇੱਥੇ? ਹਾਂ, ਮੇਰੀ ਮਾਂ ਜਿੰਦਾ ਹੈ। ਜਿੰਦਾ ਤੁਹਾਡੀ ਮਾਂ? ਹਾਂ, ਮੇਰੀ ਮਾਂ ਜਿੰਦਾ, ਮੇਰੇ ਨਾਲ ਸਹੀ ਹੈ, ਸਿਹਤ ਸਹੀ ਹੈ ਮੇਰੀ ਮਾਂ ਕੀ। ਹੁਣ ਵੀ ਮੈਂ ਗੱਲ ਕਰੂੰ ਨਾ, ਹੁਣ ਵੀ ਮੇਰੀ ਮਾਂ ਰੋਂਦੀ ਹੈ ਬਈ ਡੋਲ ਗਈ, ਘਬਰਾ ਗਈ, ਮਕਾਂ ਘਬਰਾ ਗਈ, ਡੋਲ ਗਈ। ਅੱਛਾ ਮਾਂ ਜੀ, ਤੁਸੀਂ ਜਦੋਂ ਸ਼ਾਦੀ ਹੋਈ ਕਤਰ ਦੇ ਵਿੱਚ ਆਏ, ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਤੁਸੀਂ ਉੱਥੇ ਗਏ? 10 ਸਾਲ ਪਿੱਛੇ। ਜਦੋਂ ਇੱਕ ਵਾਰੀ ਆ ਕੇ 10 ਸਾਲ ਬਾਅਦ ਗਏ? 10 ਸਾਲ ਪਿੱਛੇ। ਕਿੰਨੇ ਬੱਚੇ ਹੋ ਗਏ ਸੀ ਤੁਹਾਡੇ ਉਸ ਟਾਈਮ? ਉਦੋਂ ਮੇਰਾ ਖਿਆਲ ਹੈ ਯਾਮੀਨ ਤਾਂ, ਯਾਮੀਨ ਅਤੇ ਯਾਸੀਨ ਦੋਨੋਂ ਬਾਈ ਥੇ, ਅਲੀਸ਼ਾਨ ਗੋਦਮਾ ਥਾ। 3 ਬੱਚੇ ਸੀ ਤੁਹਾਡੇ? 3 ਬੱਚੇ ਥੇ। ਯਾਸੀਨ ਗਏ। ਤੁਸੀਂ 3-4 ਚੱਕਰ ਲਾਏ? ਬਸ ਐਤਕੀ ਚੱਕਰ ਵਿੱਚ ਮੇਰਾ ਚੋਖਾ ਬੜਾ ਆਰਸਾ ਹੋ ਗਿਆ, 17 ਸਾਲ ਹੋ ਗਏ। ਮੇਰੀ ਪਤਰੀ ਉਦੋਂ ਪੈਦਾ ਹੋਈ ਸੀ, ਅੱਜ ਉਹ 17 ਸਾਲ ਦੀ ਹੈ। 17 ਸਾਲ ਹੋ ਗਏ ਤੁਹਾਨੂੰ ਗਿਆ ਨੂੰ? ਹਾਂ, 17 ਸਾਲ। ਹਾਂ, 17 ਸਾਲ ਹੋ ਗਏ। ਮੇਰਾ ਪਤਰੀਆ, ਮੇਰੀ ਪਤਰੀ ਆਉਂਦੇ ਨੇ, ਭੁੱਫੀ ਪੈਦਾ ਹੋਏ ਸਾਰੇ ਛੱਡ ਕੇ ਗਈ ਸਾ, ਤੇ ਹੁਣ ਜਵਾਨ ਹੋ ਗਏ, ਹੁਣ ਤੇ ਮਿਲਦਾ। ਹੁਣ ਤੇ ਕਈ ਕੁਛ ਬਦਲ ਗਿਆ ਹੋਣਾ, ਤੁਹਾਡੇ ਬੱਚਿਆਂ ਦੀ ਸ਼ਾਦੀਆਂ ਹੋ ਗਈਆਂ ਹੋਣੀਆਂ, ਹੋਰ ਹੋ ਗਈ, ਕੋਈ ਮਰ ਗਏ ਹੋਣੇ ਨੇ ਤੁਹਾਡੇ ਵਿੱਚ ਰਿਸ਼ਤੇਦਾਰ। ਮੇਰੇ ਚਾਚੇ ਸਾਰੇ ਟੁਰ ਗਏ, ਇਹਦਾ ਮਾਮਾ, ਇਹਦੇ ਮਾਮੇ ਸਾਰੇ ਗੁਜ਼ਰ ਗਏ। ਤੁਸੀਂ ਮਾਮਿਆਂ ਦੇ ਉੱਥੇ ਨਹੀਂ ਜਾ ਸਕੇ?
ਹੁਣ ਮੇਰੇ ਭਰਾ ਨੇ ਤਾਂ ਉਹ ਕਾਗਜ਼ ਬਣਵਾ ਕੇ ਉਹਨਾਂ ਕੱਲੇ ਨੇ ਬਈ ਆ ਜਾਓ ਹੁਣ ਤੁਹਾਡਾ ਵੀਜ਼ਾ ਕਿਉਂ ਨਹੀਂ ਲੱਗਦਾ ਹੁਣ ਬੰਦ ਨਹੀਂ ਕਰ ਵੀਜ਼ੇ ਕਿਦੋਂ ਦਾ ਤੁਸੀਂ ਟਰਾਈ ਕਰ ਰਹੇ ਹੋ ਕਿ ਵੀਜ਼ਾ ਲੱਗ ਜਾਏ ਤੁਹਾਡਾ ਵੀਜ਼ਾ ਲੱਗ ਜਾਏ ਹਮ ਤਾਂ 16 ਸਾਲ ਦੇ ਤੁਸੀਂ 8-8 ਦਿਨ ਮੈਂ ਇਸਲਾਮਾਬਾਦ ਰਹਿ ਕੇ ਆਈ ਹਾਂ ਉਹ ਕੀ ਜਵਾਬ ਦਿੰਦੇ ਨੇ ਅੱਗੋਂ ਤੁਹਾਨੂੰ ਉਹ ਆਉਂਦੇ ਨੇ ਐਤਕੀ ਨਹੀਂ ਲੱਗਾ ਤੇ ਐਤਕੀ ਕੋਸ਼ਿਸ਼ ਕਰਾਂਗੇ ਲੱਗ ਜਾਏ ਇਸਲਾਮਾਬਾਦ ਦੇ ਉੱਥੇ ਦਿੱਲੀ ਵੀਜ਼ਾ ਦਿੰਦੇ ਨੇ ਉਹ ਮੁਸਲਮਾਨਾਂ ਵਿੱਚ ਜਾ ਕੇ ਕੁਛ ਰਹਿਮ ਕਰ ਜਾਂਦੇ ਨੇ ਇਹ ਨੀ ਕਰਦੀ ਇਹ ਨੀ ਰਹਿਮ ਕਰਦੀ ਤੁਹਾਡੀਆਂ ਭੈਣਾਂ ਭਰਾ ਹੈਗੇ ਨੇ ਮੇਰੇ ਮਾਸ਼ਾਅੱਲਾ 5 ਭਰਾ ਨੇ 5 ਭੈਣਾਂ ਸੀ ਉਹ ਕਦੀ ਨਹੀਂ ਆਏ ਇੱਧਰ ਮੇਰਾ ਭਰਾ ਆਇਆ ਸੀ ਇੱਕ ਵਾਵਾ ਦਿਨ ਹੋ ਗਏ ਦੋ ਆਏ ਸੀ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਆਇਆ ਨੂੰ ਇੱਥੇ ਬਚੇਰੇ ਹੋ ਗਏ ਬੱਚੇ ਹਾਂਜੀ 12-13 ਸਾਲ ਹੋ ਗਏ 12-13 ਸਾਲ ਹੋ ਗਏ ਜਦੋਂ ਵਿਆਹ ਸ਼ਾਦੀ ਹੁੰਦੀ ਉਹਨਾਂ ਦੀ ਤੇ ਤੁਸੀਂ ਉਹਨਾਂ ਨੂੰ ਉਹ ਤੁਹਾਨੂੰ ਬੁਲਾ ਨਹੀਂ ਸਕਦੇ ਬੁਲਾ ਸਕਦੇ ਨਹੀਂ ਜਦੋਂ ਵੀਜ਼ਾ ਨਹੀਂ ਜੁੜਦਾ ਤੇ ਫਿਰ ਜਾਵਾਂਗੇ ਸਪਾਂਸਰ ਭੇਜਦੇ ਨੇ ਉਹ ਤੇ ਤੁਹਾਨੂੰ ਨਾਲੇ ਤੁਹਾਡੇ ਤੇ ਕਾਗਜ਼ ਬਣੇ ਨੇ ਕਿ ਤੁਸੀਂ ਉਧਰ ਦੇ ਹੋ ਇੱਧਰ ਸ਼ਾਦੀ ਹੋਈ ਤੁਹਾਡੀ ਆਹੋ ਤੁਹਾਨੂੰ ਤਾਂ ਸਾਨੂੰ ਹੀ ਨਾ ਵੀਜ਼ਾ ਮਿਲਣਾ ਚਾਹੀਦਾ ਦਿੰਦੇ ਨਹੀਂ ਨਾ ਦਿੰਦੇ ਨਹੀਂ ਪਹਿਲਾਂ ਮੈਂ ਜਾਗਰੂਕ ਸੀ ਨਾ ਜਦੋਂ ਮੈਂ ਗਈ ਇਸਲਾਮਾਬਾਦ ਉਦੋਂ ਵੀਜ਼ਾ ਮੈਂ ਅੱਜ ਪੇਸ਼ੀ ਵੇਲੇ ਜਮ੍ਹਾਂ ਕਰਾ ਤੇ ਕੱਲ ਪੇਸ਼ੀ ਵੇਲੇ ਉਹਨਾਂ ਵੀਜ਼ਾ ਦੇ ਛੜਿਆ ਮੈਨੂੰ ਤਾਂ ਬੜਾ ਝਾਤ ਵੀਜ਼ਾ ਦਿੰਦੇ ਹੁੰਦੇ ਸਨ ਹੁਣ ਆਣ ਕੇ ਡੁੱਬ ਗਈ ਗੱਲ ਹੁਣ ਨਹੀਂ ਦਿੰਦੇ ਤੁਹਾਡੀ ਮਾਂ ਜੀ ਕਿੰਨੀ ਦਫਾ ਇੱਥੇ ਆਏ ਨੇ ਮੇਰੀ ਮਾਂ ਤੋਂ ਆ ਗਈ 4-5 ਵਾਰ ਉਹਨਾਂ ਨੂੰ ਹੁਣ ਕਿੰਨੇ ਸਾਲ ਹੋ ਗਏ ਤੁਹਾਨੂੰ ਮਿਲਿਆ ਹੁਣ ਹੋ ਗਏ ਵਾ ਵਾ ਨਹੀਂ ਇਹ ਵਾਰ ਹੀ ਸੀ ਜੀਵ ਮਾਂ ਮਾਂ ਤਕਰੀਬਨ 10-12 ਸਾਲ ਹੀ ਹੋ ਗਏ ਮਾਂ ਫਾਈਨਲ ਯਾ ਮੀਨ ਕਿ ਮੇਰੇ ਪਿੱਛੇ ਆਈ ਮੇਰੀ ਮਾਂ ਮੇਰਾ ਪੁੱਤਰ ਵੱਡਾ ਗੁਜਰ ਗਿਆ ਸੀ ਅੱਛਾ ਉਦੋਂ ਆ ਗਏ ਸਨ ਫਿਰ ਸੁਣ ਕੇ ਨਹੀਂ ਸੀ ਰਿਹਾ ਗਿਆ ਫਿਰ ਆ ਗਏ ਸੀ ਅੱਛਾ ਤੁਹਾਡਾ ਪੁੱਤਰ ਬੇਟਾ ਬਹੁਤ ਹੋ ਗਿਆ ਸੀ ਹਾਂ 3 ਮਹੀਨੇ ਮੇਰੀ ਮਾਂ ਇੱਥੇ ਰਹੀ ਸੀ ਹਾਂਜੀ ਫਿਰ ਮੇਰੀ ਮਾਂ 3 ਮਹੀਨੇ ਇੱਥੇ ਰਹੀ ਸੀ 3 ਮਹੀਨੇ ਇੱਥੇ ਰਹੀ ਹਾਂ ਤੁਹਾਡੇ ਦਿਨ 'ਚ ਆਉਂਦਾ ਹੈ ਕਦੀ ਕਿ ਦੂਸਰਾ ਮੇਰੀ ਸ਼ਾਦੀ ਇੱਥੇ ਨਾ ਹੋਈ ਹੁੰਦੀ ਜਾਂ ਤੁਸੀਂ ਸੋਚਦੇ ਹੋ ਮੇਰਾ ਵੀਰ ਸੋਚਣ ਦਾ ਹੁਣ ਕੋਈ ਮਿਲ ਸਕਦੀ ਕੋਈ ਸ਼ਾਇਦ ਸੋਚਣ ਦੀ ਹੁਣ ਤਾਂ ਇਹ ਇਹਦੇ ਵਿੱਚ ਜੋ ਲਿਖਿਆ ਸੀ ਹੋ ਗਿਆ ਹੁਣ ਤਾਂ ਸਬਰ ਦੀ ਬਾਤ ਹੈ ਹੁਣ ਤੁਸੀਂ ਦੋਨੇ ਬਜ਼ੁਰਗ ਹੋ ਗਏ ਹੋ ਹਾਂ ਤੇ ਮਿਲ ਜਾ ਤਾਂ ਹੁਣ ਜਵਾਨੀ 'ਚ ਤੁਹਾਨੂੰ ਵੀਜ਼ਾ ਮਿਲਦਾ ਰਿਹਾ ਬੁਢਾਪੇ 'ਚ ਹੁਣ ਵੀਜ਼ਾ ਨਹੀਂ ਮਿਲਦਾ ਹਾਂ ਤੇ ਹੁਣ ਵੀ ਹੁਣ ਅੰਦੇਸ਼ੇ ਨਾਲ ਹੀ ਪੁੱਤਰ ਵਡੇਰੇ ਹੋ ਗਏ ਭਰਾ ਨੇ ਮਾਸ਼ਾਅੱਲਾ ਮੇਰੇ ਜੰਡ ਜੰਡ ਜਿੱਡੇ ਭਰਾ ਨੇ ਤੁਸੀਂ ਸੋਚ ਸੋਚ ਕੇ ਪਰੇਸ਼ਾਨ ਰਹਿ ਕੇ ਬਿਮਾਰ ਹੋ ਗਏ ਭਰਾ ਤੇ ਮੇਰਾ ਹੁਣ ਵੀ ਜੇ ਬਹਿ ਜਾਣ ਤੇ ਫਿਰ ਉਹ ਗਾਲਾਂ ਕੱਢਣ ਲੱਗ ਪੈਂਦੇ ਨੇ ਮਾਰੀ ਹੁਣ ਤੇ ਹਕੂਮਤ ਵੀਜ਼ਾ ਦੇ ਵੀ ਰਹੀ ਹੈ ਲੇਕਿਨ ਹਾਲਾਤ ਥੋੜੇ ਠੀਕ ਹੁੰਦੇ ਨੇ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤੁਹਾਡਾ ਵੀ ਵੀਜ਼ਾ ਲੱਗੇ ਆਪਣੇ ਭਰਾਵਾਂ ਨੂੰ ਤੁਸੀਂ ਮਿਲ ਸਕੋ ਸਾਨੂੰ ਤਾਂ ਸੁਣ ਕੇ ਬੜੇ ਦੁੱਖ ਹੋਇਆ ਇਹਨਾਂ ਬਜ਼ੁਰਗਾਂ ਦੀ ਵੀ ਕਹਾਣੀ 17 ਸਾਲਾਂ 'ਚ ਬਹੁਤ ਕੁਛ ਬਦਲ ਜਾਂਦਾ ਬਦਲ ਗਿਆ ਬਦਲ ਗਿਆ ਇਹ ਮੁੰਡੇ ਨੇ ਰੋਂਦੇ ਰੋਂਦੇ ਨਾ ਇੰਨੇ ਦਿਨ ਹੋ ਗਏ ਮਾਮੇ ਨਾਲ ਰੋਂਦਾ ਹੈ ਗੱਲਾਂ ਕਰਦਾ ਹੈ ਰੋਂਦਾ ਹੈ ਗੱਲਾਂ ਕਰਦਾ ਹੈ ਫਿਰ ਲੜ ਪੈਂਦਾ ਹੈ ਆਉਂਦਾ ਕਿਉਂ ਮਾਮਿਆਂ ਨਾਲ ਨਹੀਂ ਖੜੀ ਜਾ ਮੈਂ ਕਿਹਾ ਹੁਣ ਮੁਕੱਦਰਾਂ ਨੂੰ ਨਹੀਂ ਖੇਡ ਚੜਿਆ ਮੈਂ ਕਿਨ ਖੜਾਂ ਅਤੇ ਉਹ ਮਾਮੇ ਪਾਸਪੋਰਟ ਬਣਵਾਇਆ ਇਹਨੇ ਵੀ ਕਾਗਜ਼ ਕੱਲੇ ਨੇ ਉਹਨਾਂ ਇਹਦੇ ਵੀ ਨਹੀਂ ਮਿਲਦਾ ਬੱਚਿਆਂ ਨੂੰ ਹਾਂ ਨਹੀਂ ਮਿਲਦਾ ਅਤੇ ਇਹਦਾ ਹੁਣ ਇਹ ਨਿਕਾਹ ਐਡਾ ਕੁ ਸੀ ਜਦੋਂ ਗਿਆ ਉਦੋਂ ਇਹਨੂੰ ਹਾਂਜੀ ਕਰਕੇ ਗਿੱਠਾਂ ਨਾਲ ਮਿਲਦੇ ਹੁੰਦੇ ਸਨ ਅਤੇ ਆਉਂਦੇ ਸਨ ਬਾਜੀ ਕਦੀ ਰਹਿ ਜਾਏ ਤਾਂ ਇੱਥੇ ਛੱਡ ਦੇ ਮੈਂ ਕਿਹਾ ਲੈ ਜਾਓ ਰੱਖ ਲਓ ਬਾਈ ਜੀ ਰਹਿੰਦਾ ਇੱਥੇ ਕਿੱਥੇ ਰਹਿੰਦੇ ਨੇ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ ਜਾ ਕੇ ਇੱਧਰ ਦਾ ਬੱਚਾ ਮੋਇਆ ਹੋਇਆ ਵੀ ਨਹੀਂ ਰਹਿ ਸਕਦਾ ਮੋਏ ਨੂੰ ਵੀ ਆਉਂਦੇ ਨਾ ਮੋਢਾ ਲਾ ਅਤੇ ਬਾਹਰ ਪਾਸ ਹੋ ਜਾ ਕੋਈ ਨਹੀਂ ਛੱਡਦਾ ਅੱਛਾ ਮਾਂ ਜੀ ਤੁਸੀਂ ਆਪਣੀ ਜਵਾਨੀ ਉੱਥੇ ਕੱਢੀ ਉਸ ਤੋਂ ਬਾਅਦ ਇੱਥੇ ਸ਼ਾਦੀ ਹੋਈ ਤੁਹਾਨੂੰ ਦੋਨਾਂ ਮੁਲਕਾਂ ਵਿੱਚ ਕੀ ਫਰਕ ਨਜ਼ਰ ਆਇਆ 12 ਕੁ ਸਾਲਾਂ ਦੀ ਸੀ ਜਦੋਂ ਮੈਂ ਇੱਥੇ ਆ ਗਈ ਸਾਂ 12 ਸਾਲ ਦੀ ਉਮਰ 'ਚ ਸ਼ਾਦੀ ਹੋ ਗਈ ਤੁਹਾਡੀ ਬਈ ਮੇਰੀ ਮਾਂ ਨੇ ਆਖਿਆ ਸੀ ਮੇਰਾ ਇੱਕੋ ਇੱਕ ਭਰਾ ਜੇ ਹੁਣ ਜਵਾਬ ਦੇ ਦਿੱਤਾ ਤਾਂ ਮਾਮੇ ਮੇਰੇ ਆਉਂਦਾ ਸੀ ਗੱਡੀ ਥੱਲੇ ਆ ਜਾਣਾ ਮੈਂ ਜਿੰਨਾ ਨਾਲ ਲੈ ਕੇ ਗਿਆ ਅੱਛਾ ਅੱਛਾ ਹਾਂ ਉਦੋਂ ਦੀ ਆਈ ਹਾਂ ਮੈਂ ਇੱਥੇ ਇੱਥੇ ਆਈ ਹਾਂ ਹਾਂਜੀ ਬਾਬੇ ਸ਼ਾਦੀ ਦਾਦੇ ਕਿਸੇ ਨੇ ਸ਼ਾਦੀ ਚਾਰ ਤੁਹਾਡੇ ਵਾਲੇ ਸਾਹਿਬ ਨੇ ਚਾਰ ਸ਼ਾਦੀਆਂ ਕੀਤੀਆਂ ਦਾਦੇ ਨੇ ਅੱਛਾ ਦਾਦੇ ਨੇ ਇੱਕ ਮੇਰਾ ਬਾ ਇੱਕ ਮੇਰੀ ਮਾਂ ਦੋ ਹੈ ਅੱਛਾ ਦੋ ਬੱਚੇ ਸੀ ਉਹ ਭੈਣ ਉੱਧਰ ਰਹਿ ਗਈ ਤੇ ਭਰਾ ਇੱਧਰ ਆ ਗਿਆ ਸੀ ਉਹ ਫਾਸਲੇ ਨੂੰ ਖਤਮ ਕਰਨ ਵਾਸਤੇ ਉਹਨਾਂ ਸ਼ਾਦੀ ਕੀਤੀ ਤੁਹਾਡੀ ਲੇਕਿਨ ਉਹ ਫਾਸਲਾ ਵੱਧ ਹੀ ਗਿਆ ਘਟਿਆ ਤਾਂ ਨਹੀਂ